ਫਿਰੋਜ਼ਪੁਰ ਦੀ ਅਦਾਲਤ 'ਚ ਪੇਸ਼ੀ ਦੇ ਲਈ ਲਿਆਂਦਾ ਇੱਕ ਹਵਾਲਾਤੀ ਪੁਲਿਸ ਕਰਮਚਾਰੀ ਨੂੰ ਧੱਕਾ ਮਾਰ ਕੇ ਕੰਧ ਟੱਪ ਕੇ ਗੱਡੀ 'ਚ ਇੰਤਜ਼ਾਰ ਕਰ ਰਹੇ ਵਿਅਕਤੀ ਨਾਲ ਫਰਾਰ ਹੋ ਗਿਆ ਅਤੇ ਪੁਲਿਸ ਦੇਖਦੀ ਰਹਿ ਗਈ। ਪਿੱਛਾ ਕਰਨ ਦੇ ਬਾਵਜੂਦ ਵੀ ਪੁਲਿਸ ਉਹਨਾਂ ਵਿਅਕਤੀਆਂ ਨੂੰ ਫੜ ਨਾ ਸਕੀ। ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਸੜਕ 'ਤੇ ਨਾਕਾਬੰਦੀ ਕਰ ਦਿੱਤੀ। ਫਰਾਰ ਹੋਇਆ ਕੈਦੀ ਰਾਜਸਥਾਨ ਦਾ ਰਹਿਣ ਵਾਲਾ ਹੈ ਜੋ ਕਿ ਅਫੀਮ ਦੇ ਕੇਸ ਵਿੱਚ ਸਜ਼ਾ ਕੱਟ ਰਿਹਾ ਸੀ। ਪੁੱਤਰ ਲੱਡੂ ਸਿੰਘ ਵਾਸੀ ਰਾਜਸਥਾਨ, ਜਿਹੜਾ ਕਿ ਅਫੀਮ ਦੇ ਕੇਸ ਦੇ ਵਿੱਚ ਬੰਦ ਸੀਗਾ ਥਾਣੇ ਸਦਰ ਫਿਰੋਜ਼ਪੁਰ 92 ਨੰਬਰ ਮੁਕਦਮਾ 2008 ਦਾ ਸੀ। ਅਤੇ ਕੇਸ ਰਕੇਸ਼ ਕੁਮਾਰ ਅਡੀਸ਼ਨਲ ਸੈਸ਼ਨ ਜੱਜ ਫਿਰੋਜ਼ਪੁਰ ਦੀ ਕੋਰਟ ਵਿੱਚ ਚੱਲਦਾ ਸੀ। ਅੱਜ ਉੱਥੇ ਪੇਸ਼ੀ 'ਤੇ ਆਇਆ ਸੀ। ਸੈਸ਼ਨ ਕੋਰਟ ਦੇ ਵਿੱਚ ਉਹਨੂੰ ਬੰਦ ਕੀਤਾ ਸੀਗਾ ਪੱਖੀਖਾਨੇ 'ਚ। ਜਦੋਂ ਉਹਨੂੰ ਬਾਹਰ ਕੱਢ ਕੇ ਹੱਥ ਗੜੀ ਗੱਲ ਲਾਉਣ ਲੱਗੇ ਤਾਂ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਭੱਜ ਗਿਆ। ਇਹ ਸਰ ਕਿਵੇਂ ਬਾਹਰ ਡਸਟਰ ਗੱਡੀ ਖੜੀ ਹੋਈ ਸੀ ਕੋਰਟ ਦੇ ਵਿੱਚ ਜਿਹੜਾ ਜਿਹਦੇ ਬੈਠ ਕੇ ਪਲੈਨਿੰਗ ਸੀ, ਇਹਦੇ ਬਾਰੇ ਪਤਾ ਕਰ ਰਹੇ ਹਾਂ, ਸ਼ਾਇਦ ਕੋਈ ਪਲੈਨਿੰਗ ਸੀ ਇਹਨਾਂ ਦੀ ਪਹਿਲਾਂ ਹੀ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਪੁਲਿਸ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਪਹਿਲਾਂ ਵੀ ਪੇਸ਼ੀ ਦੌਰਾਨ ਬਹੁਤ ਕੈਦੀ ਫਰਾਰ ਨਾ ਹੋਏ ਹੋਣ। ਬਿਊਰੋ ਰਿਪੋਰਟ, ਸਪੋਕਸਮੈਨ TV।